ਪਾਤਰ ਸਾਹਿਬ ਤਾਂ ਮੈਨੂੰ ਲੱਗਦਾ ਸਾਡੇ ਸਾਹਿਤ ਦਾ ਸਭ ਤੋਂ ਵੱਡਾ ਬੁਰਜ ਸੀ ਜਿਹੜਾ ਅੱਜ ਬੁਰਜ ਢਹਿ ਗਿਆ। ਉਹਨਾਂ ਦੇ ਕੱਦ ਤੱਕ ਪਹੁੰਚਣਾ, ਉਹਨਾਂ ਦੇ ਲੈਵਲ ਤੱਕ ਪਹੁੰਚਣਾ। ਅਤੇ ਕਈ ਵਾਰੀ ਇਹ ਵੀ ਦੇਖਿਆ ਜਾਂਦਾ ਸੀ ਕਿ ਪਾਤਰ ਸਾਹਿਬ ਦਾ ਕੱਦ ਉੱਦਾਂ ਬੜਾ ਛੋਟਾ ਸੀ, ਅਤੇ ਸਾਹਿਤ ਖੇਤਰਾਂ 'ਚ ਗੱਲ ਹੁੰਦੀ ਸੀ ਕਿ ਉਹਨਾਂ ਦੀ ਉਹ ਸ਼ਖਸੀਅਤ ਦਾ ਕੱਦ ਵੱਡਾ ਕਰਨ 'ਚ ਇੰਨਾ ਲੱਗੇ ਰਹੇ ਵੀ ਉਹਨਾਂ ਨੇ ਆਪਣੇ ਕੱਦ ਵੱਲ ਫਿਰ ਧਿਆਨ ਹੀ ਨਹੀਂ ਦਿੱਤਾ। ਇੱਕ ਸੋਹਣਾ ਸਮਾਂ ਇਕੱਠਿਆਂ ਨੇ ਜਦੋਂ ਕੱਟਿਆ ਹੋਵੇ, ਕਈ ਯਾਦਾਂ ਹੁੰਦੀਆਂ ਨੇ, ਤਾਂ ਉਹ ਜ਼ਰੂਰ ਉਹਨਾਂ ਨੂੰ ਖਿੱਚ ਕੇ ਲਿਆਈਆਂ ਹੋਣਗੀਆਂ ਇੱਥੇ। ਪਰ ਇੱਥੇ ਤਾਂ ਲੋਕਾਂ ਨੂੰ ਡੱਕਿਆ ਨਹੀਂ, ਡੱਕਦੇ ਪਏ, ਲੋਕ ਰੋਕ ਰੋਕ ਰੱਖਣੇ ਪੈ ਰਹੇ, ਪਰ ਹਰ ਇੱਕ ਦਾ ਦਿਲ ਹੈ ਕਿ ਇੱਕ ਵਾਰੀ ਦਰਸ਼ਨ ਕਰਨ ਦਾ ਮੌਕਾ ਮਿਲ ਜਾਵੇ, ਇੱਕ ਵਾਰੀ ਚਰਨਾਂ ਨੂੰ ਹੱਥ ਲਾਉਣ ਦਾ ਮੌਕਾ ਮਿਲ ਜਾਵੇ। ਉਹ ਸਵਰਗ ਹੀ ਇੱਥੋਂ ਵੀ ਭੋਗ ਕੇ ਹੀ ਗਏ ਨੇ ਜੀ, ਅੱਗੇ ਵੀ ਸਵਰਗ ਹੀ ਉਹਨਾਂ ਵਾਸਤੇ ਖੁੱਲ੍ਹੇ ਨੇ। ਇੰਨੀ ਮੁਹੱਬਤ ਦੁਨੀਆਂ 'ਚ ਜਿਉਂਦੀ ਹੈ ਜੇ ਜਿਹਨੂੰ ਮਿਲ ਜਾਵੇ, ਉਹ ਸਵਰਗ ਦਾ ਹੋਰ ਅਰਥ ਕੀ ਹੁੰਦੇ ਨੇ, ਸਵਰਗ ਦਾ ਹੋਰ ਮਾਇਨੇ ਕੀ ਹੁੰਦੇ ਨੇ ਜੀ। ਅਤੇ ਅੱਗੇ ਤਾਂ ਸਵਰਗ ਜਿੱਥੇ ਉਹ ਸਵਰਗ 'ਚ ਨਹੀਂ ਜਾਣਗੇ, ਜਿੱਥੇ ਜਾਣਗੇ ਸਵਰਗ ਬਣਾ ਦੇਣਗੇ। ਜਿਹਨੇ ਜਜ਼ਬਾਤ 'ਤੇ ਪਹਿਰਾ ਦਿੱਤਾ, ਜਿਹਨੇ ਯਥਾਰਥ ਅਤੇ ਹਕੀਕਤ 'ਤੇ ਹਮੇਸ਼ਾ ਪਹਿਰਾ ਦਿੱਤਾ, ਜਿਹਨੇ ਤੁਹਾਡੀ ਮੇਰੀ ਇਹਨਾਂ ਦੀ ਸਭ ਦੀ ਤਰਜਮਾਨੀ ਕੀਤੀ, ਜਿਹੜੀ ਗੱਲ ਅਸੀਂ ਕਹਿਣ ਨੂੰ ਸੋਚਦੇ ਸੀ ਸਾਨੂੰ ਕਹਿਣੀ ਨਹੀਂ ਸੀ ਆਉਂਦੀ, ਪਾਤਰ ਸਾਹਿਬ ਦੋ ਲਫਜ਼ਾਂ 'ਚ ਕਹਿ ਜਾਂਦੇ ਸੀ, ਅੱਜ ਸਾਡੇ ਕੋਲ ਉਹ ਇੱਕ ਇਨਸਾਨੀ ਜਜ਼ਬਾਤ ਨੂੰ ਵਧੀਆ ਤਰੀਕੇ ਨਾਲ ਪੇਸ਼ ਕਰਨ ਦਾ ਮੈਕੇਨਿਜ਼ਮ ਹੀ ਖਤਮ ਹੋ ਗਿਆ ਸੀ। ਬਿਲਕੁਲ ਜੀ, ਜਦੋਂ ਵੀ ਕੋਈ ਇੱਦਾਂ ਦਾ ਥੰਮ ਜਾਂਦਾ ਹੈ ਤਾਂ ਬਹੁਤ ਉਹ ਖਲਾਅ ਹੀ ਪੈਦਾ ਹੋ ਜਾਂਦਾ, ਉਹਦੇ ਵਰਗਾ ਕੋਈ ਦੁਬਾਰਾ ਜੰਮਦਾ ਨਹੀਂ, ਦੁਬਾਰਾ ਆਉਂਦਾ ਨਹੀਂ। ਅਤੇ ਪਾਤਰ ਸਾਹਿਬ ਤਾਂ ਮੈਨੂੰ ਲੱਗਦਾ ਸਾਡੇ ਸਾਹਿਤ ਦਾ ਸਭ ਤੋਂ ਵੱਡਾ ਬੁਰਜ ਸੀ ਜਿਹੜਾ ਅੱਜ ਬੁਰਜ ਢਹਿ ਗਿਆ। ਅਤੇ ਉਹਨਾਂ ਦੇ ਕੱਦ ਤੱਕ ਪਹੁੰਚਣਾ, ਉਹਨਾਂ ਦੇ ਲੈਵਲ ਤੱਕ ਪਹੁੰਚਣਾ। ਅਤੇ ਕਈ ਵਾਰੀ ਇਹ ਵੀ ਦੇਖਿਆ ਜਾਂਦਾ ਸੀ ਕਿ ਪਾਤਰ ਸਾਹਿਬ ਦਾ ਕੱਦ ਉੱਦਾਂ ਬੜਾ ਛੋਟਾ ਸੀ, ਅਤੇ ਸਾਹਿਤ ਖੇਤਰਾਂ 'ਚ ਗੱਲ ਹੁੰਦੀ ਸੀ ਕਿ ਉਹਨਾਂ ਦੀ ਉਹ ਸ਼ਖਸੀਅਤ ਦਾ ਕੱਦ ਵੱਡਾ ਕਰਨ 'ਚ ਇੰਨਾ ਲੱਗੇ ਰਹੇ ਵੀ ਉਹਨਾਂ ਨੇ ਆਪਣੇ ਕੱਦ ਵੱਲ ਫਿਰ ਧਿਆਨ ਹੀ ਨਹੀਂ ਦਿੱਤਾ। ਅਤੇ ਉਹਨਾਂ ਦਾ ਐਡਾ ਕੱਦ ਬੁਲੰਦ ਹੋਇਆ ਕਿ ਅੱਜ ਉਹਨਾਂ ਤੱਕ ਪਹੁੰਚਣਾ ਬਹੁਤ ਵੱਡਾ ਚੈਲੇਂਜ ਹੈ, ਕੋਈ ਬਹੁਤ ਵਿਰਲਾ ਹੀ ਹੋਏਗਾ ਜੇ ਉਸ ਲੈਵਲ ਤੱਕ ਕਦੇ ਪਹੁੰਚੇਗਾ ਅੱਗੋਂ। ਬਿਲਕੁਲ ਜੀ, ਕਿਉਂਕਿ ਬਤੌਰ ਕਲਾਕਾਰ ਵੀ ਉਹਨਾਂ ਦਾ ਬਹੁਤ ਇਹਨਾਂ ਨਾਲ ਸਾਂਝ ਰਹੀ ਹੈ, ਅਤੇ ਉਹ ਵੀ ਆਉਣਾ ਉਹਨਾਂ ਦਾ ਉੱਥੇ ਬੜਾ ਵਾਜਿਬ ਸੀ, ਕਿਉਂਕਿ ਇੱਕ ਸੋਹਣਾ ਸਮਾਂ ਇਕੱਠਿਆਂ ਨੇ ਜਦੋਂ ਕੱਟਿਆ ਹੋਵੇ, ਕਈ ਯਾਦਾਂ ਹੁੰਦੀਆਂ ਨੇ, ਤਾਂ ਉਹ ਜ਼ਰੂਰ ਉਹਨਾਂ ਨੂੰ ਖਿੱਚ ਕੇ ਲਿਆਈਆਂ ਹੋਣਗੀਆਂ ਇੱਥੇ। ਔਰ ਕਈ ਚੀਜ਼ਾਂ ਐਸੀਆਂ ਯਾਦ ਆਉਂਦੀਆਂ ਨੇ ਕਿ ਬੰਦੇ ਦੀਆਂ ਅੱਖਾਂ 'ਚ ਪਾਣੀ ਆਪਣੇ ਆਪ ਆਉਂਦਾ, ਅਤੇ ਮੈਨੂੰ ਲੱਗਦਾ ਜੀ ਕਿ ਇਹ ਬੜਾ ਸੁਭਾਵਕ ਸੀ ਉਹਨਾਂ ਦਾ ਵੀ ਇੱਥੇ ਆਉਣਾ। ਔਰ ਹੋਰ ਵੀ ਇੱਕ ਛੋਟੇ ਤੋਂ ਛੋਟਾ, ਵੱਡੇ ਤੋਂ ਵੱਡਾ ਜੋ ਬੰਦਾ ਵੀ ਆਇਆ, ਉਹ ਦਿਲੋਂ ਆਇਆ। ਅੱਜ ਮੋਸਟਲੀ ਅਸੀਂ ਜਾਈਦਾ, ਕਈ ਵਾਰੀ ਕਰਮੇਸ਼ਨਸ 'ਤੇ ਕਹੀਦਾ ਯਾਰ ਉਹ ਪਤਾ ਲੱਗਾ ਫਲਾਣਾ ਇੱਦਾਂ ਹੋ ਕੇ ਜਾਣਾ ਉੱਥੇ ਜਾਂ ਜਾਣਾ ਪੈਣਾ, ਪਰ ਇੱਥੇ ਤਾਂ ਲੋਕਾਂ ਨੂੰ ਡੱਕਿਆ ਨਹੀਂ, ਡੱਕਦੇ ਪਏ, ਲੋਕ ਰੋਕ ਰੋਕ ਰੱਖਣੇ ਪੈ ਰਹੇ, ਪਰ ਹਰ ਇੱਕ ਦਾ ਦਿਲ ਹੈ ਕਿ ਇੱਕ ਵਾਰੀ ਦਰਸ਼ਨ ਕਰਨ ਦਾ ਮੌਕਾ ਮਿਲ ਜਾਵੇ, ਇੱਕ ਵਾਰੀ ਚਰਨਾਂ ਨੂੰ ਹੱਥ ਲਾਉਣ ਦਾ ਮੌਕਾ ਮਿਲ ਜਾਵੇ। ਉਹ ਸਵਰਗ ਹੀ ਇੱਥੋਂ ਵੀ ਭੋਗ ਕੇ ਹੀ ਗਏ ਨੇ ਜੀ, ਅੱਗੇ ਵੀ ਸਵਰਗ ਹੀ ਉਹਨਾਂ ਵਾਸਤੇ ਖੁੱਲ੍ਹੇ ਨੇ। ਇੰਨੀ ਮੁਹੱਬਤ ਦੁਨੀਆਂ 'ਚ ਜਿਉਂਦੀ ਹੈ ਜੇ ਜਿਹਨੂੰ ਮਿਲ ਜਾਵੇ, ਉਹ ਸਵਰਗ ਦਾ ਹੋਰ ਅਰਥ ਕੀ ਹੁੰਦੇ ਨੇ, ਸਵਰਗ ਦਾ ਹੋਰ ਮਾਇਨੇ ਕੀ ਹੁੰਦੇ ਨੇ ਜੀ। ਅਤੇ ਅੱਗੇ ਤਾਂ ਸਵਰਗ ਜਿੱਥੇ ਉਹ ਸਵਰਗ 'ਚ ਨਹੀਂ ਜਾਣਗੇ, ਜਿੱਥੇ ਜਾਣਗੇ ਸਵਰਗ ਬਣਾ ਦੇਣਗੇ ਉਹਨਾਂ ਨੂੰ। ਹਾਂ ਬਿਲਕੁਲ ਜੀ, ਉਹਨਾਂ ਦੇ ਤਾਂ ਬਲੱਡ 'ਚ ਖੂਨ 'ਚ ਉਹ ਸੀ ਨਾ, ਸਾਡੇ ਤਾਂ ਜਦੋਂ ਕਹਿੰਦੇ ਜੀ ਬਲੱਡ ਗਰੁੱਪ ਚੈੱਕ ਕੀਤਾ ਜਾਂਦਾ ਨਾ ਜੀ, ਉਹਨਾਂ ਦੇ ਤਾਂ ਬਲੱਡ 'ਚ ਸਿਰਫ ਸਾਹਿਤ, ਸਾਡੀ ਸਮਾਜ ਦੀ ਸਥਿਤੀ ਜਿਹੜੀ ਹੈ ਉਹ ਘੁੰਮਦੀ ਰਹਿੰਦੀ ਸੀ ਕਿ ਅੱਜ ਮੈਂ ਕਿਹਦੇ 'ਤੇ ਗੱਲ ਕਰਨੀ ਹੈ, ਅੱਜ ਮੈਂ ਕਿਹਦੀ ਐਡਵੋਕੇਸੀ ਕਰਨੀ, ਅੱਜ ਕਿਹਦੀ ਵਕਾਲਤ ਕਰਨੀ। ਉਹ ਜਿਹਦੀ ਵਕਾਲਤ ਕਰ ਦਿੰਦੇ ਸੀ ਉਹਦੀ ਗੱਲ ਵੱਡੀ ਹੋ ਜਾਂਦੀ ਸੀ, ਉਹਨਾਂ ਦੀ ਕਵਿਤਾ, ਉਹਨਾਂ ਦੇ ਸ਼ਬਦ ਵਕਾਲਤ ਕਰਦੇ ਸੀ ਲੋਕਾਂ ਦੀ, ਔਰ ਉਹ ਸ਼ਬਦ ਜਿਹੜੇ ਸੀ ਉਹ ਮਤਲਬ ਵਕਾਲਤ ਵੀ ਐਸੀ ਕਰਦੇ ਸੀ ਕਿ ਉਹ ਤੀਰ ਵਾਂਗੂ ਜਾ ਕੇ ਲੋਕਾਂ ਦੇ ਸੀਨੇ 'ਚ ਖੁੱਭਦੇ ਸੀ ਸ਼ਬਦ ਉਹਨਾਂ ਦੇ।